असला अजमेरात है रजब की पंजन की सत्त फरवरी की अठार तारीखियो रुखसाना मसरत वजीर आजम ने दुनिया ते जोर दिता है कि इंसाना की खुशहाली बका अमली बनाई जाए आर्मी चीफ ने फजाइया अफसर नमले का मूह भन जवाब देने चुकन्न ਆਰਤ ਤੋਂ ਕੋਈ 1000 ਤੋਂ ਵੱਧ ਸਿੱਖ ਯਾਤਰੀ ਨਨਕਾਣਾ ਸਾਹਿਬ 'ਚ ਤਕਰੀਬੇ ਸ਼ਿਰਕਤ ਆਸਤੇ ਅੱਜ ਪਾਕਿਸਤਾਨ ਆ ਰਹੇ ਨੇ ਪੰਜਾਬ ਦੇ ਤਜਾਰਤ ਤੇ ਸਨਤਾਨੀ ਵਜ਼ੀਰ ਨੇ ਕਿਹਾ ਕਿ ਪੰਜਾਬ ਵਿੱਚ ਫਿਰ ਹੁਨਰ ਸਖਾਨ ਦਾ ਮਨਸੂਬਾ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ ਵਜ਼ੀਰ ਆਜ਼ਮ 임ਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਦੇ ਤਰੱਕੀ ਕਰਦੇ ਮੁਲਕਾ ਨੂੰ ਪਾਇਦਾਰ ਤਰੱਕੀ ਗੁਰਬਤ ਤੇ ਭੁੱਖ ਮਿਟਾਉਣ ਦੀਆਂ ਕੋਸ਼ਿਸ਼ਾਂ ਬੈਨਲਕਵਾਮੀ ਤਾਵਨ ਨਾਲ ਹੀ ਕਾਮਯਾਬ ਹੋ ਸਕਦੀਆਂ ਨੇ ਉਹ ਇਟਲੀ ਦੇ ਸ਼ਹਿਰ ਰੋਮ ਵਿੱਚ ਹੋਣ ਵਾਲੀ ਬੈਨਲਖਵਾਮੀ ਜ਼ਰਾਇਤੀ ਤਰਕਿਆਤੀ ਫੰਡ ਦੀ ਗਵਰਨਿੰਗ ਕੌਂਸਲ ਨੂੰ ਵੀਡੀਓ ਲਿੰਕ ਤੇ ਜ਼ਰੀਏ ਖਿਤਾਬ ਕਰ ਰਹੇ ਸਨ। ਵਜ਼ੀਰ ਆਜ਼ਮ ਨੇ ਜ਼ਰਾਤ ਨੂੰ ਇਨਸਾਨ ਦੇ ਬਕਾ ਲਈ ਬੜਾ ਅਹਿਮ ਘਰਾਰ ਦਿੱਤਾ। ਵਜ਼ੀਰ ਆਜ਼ਮ ਨੇ ਗੁਰਬਤ ਤੇ ਭੁੱਖਮਕਾਨ ਲਈ ਪੰਜ مشਵਰੇ ਵੀ ਦਿੱਤੇ ਤੇ ਕਿਹਾ ਕਿ ਕਿਸਾਨਾਂ ਨੂੰ ਏਡਾਰਿਆਂ ਦੇ ਰਹਿਮੋ ਕਰਮ ਤੇ ਨਹੀਂ ਛੜਿਆ ਜਾਣਾ ਚਾਹੀਦਾ ਤੇ ਜ਼ਰਾਤ ਦੀ ਬੈਨਲਖਵਾਮੀ ਤਜਾਰਤ ਵਧਾਉਣ ਆਸਤੇ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਉਨਾ ਖਜ਼ਾਈ ਪੈਦਾਵਾਰ ਵਧਾਨ ਜ਼ਮੀਨ ਤੇ ਪਾਣੀ ਦਾ ਚੰਗੇ ਤਰੀਕੇ ਨਾਲ ਇਸਤੇਮਾਲ ਤੇ ਦੁਨੀਆਈ ਜ਼ਰੀਏ ਸ਼ੈਵਾਂ ਦੀ ਖਰੀਦ ਫਰੋਖ ਨੂੰ ਬਿਹਤਰ ਬਣਾਉਣ ਆਸਤੇ ਇਸ ਸ਼ੋਭੇ ਜਨਦੀਤ ਟੈਕਨੋਲੋਜੀ ਇਸਤੇਮਾਲ ਕਰਨ ਉਤੇ ਜ਼ੋਰ ਦਿੱਤਾ। ਉਨਾ ਇਨਸਾਨਾਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਮੁਸ਼ਤਰਕਾ ਹਕਮਤੀ ਅਮਲੀ ਅਪਣਾਉਣ ਉਤੇ ਵੀ ਜ਼ੋਰ ਦਿੱਤਾ। ਆਰਮੀ ਚੀਫ ਜਨਰਲ ਕਮਰ ਜਾਵੀਦ ਪਾਚਵਾ ਨੇ ਕਿਹਾ ਹੈ ਕਿ ਸਾਨੂੰ ਕਿਸੇ ਵੀ ਹਮਲੇ ਦਾ ਮੂਤੋਰ ਜਵਾਬ ਦੇਣ ਲਈ ਚੁੱਕਣੇ ਰਹਿਣਾ ਚਾਹੀਦਾ ਹੈ। ਉਨਾ ਇਹ ਗੱਲ ਕਰਾਚੀ ਵਿੱਚ ਫਿਜ਼ਾਈਅਤ ਦੇ 에ਅਰ ਵਾਰ ਕਾਲਜ ਵਿੱਚ 에ਅਰ ਵਾਰ ਕੋਰਸ ਕਰਨ ਵਾਲਿਆਂ ਨੂੰ ਖਿਤਾਬ ਕਰਦਿਆਂ ਹੋਇਆਂ ਕਹੀ ਕਿ ਪਾਕ ਫੌਜ ਦੇ ਸਰਬਰਾਹ ਨੇ ਅਫਸਰਾਂ ਉੱਤੇ ਜ਼ੋਰ ਦਿੱਤਾ ਕਿ ਖੁਦ ਨੂੰ ਜਦੀਦ ਟੈਕਨੋਲੋਜੀ ਤੋਂ ਆਗਾਹ ਰੱਖਣ ਤੇ ਦੁਸ਼ਮਨ ਉੱਤੇ ਬਰਤਰੀ ਲਈ ਆਪਣੀ ਤਰਬੀਅਤ ਵਧਾਣ ਆਈਐਸਪੀਆਰ ਦੇ ਮੁਤਾਬਕ ਆਰਮੀ ਚੀਫ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਜੰਗ ਜਿੱਤਣ ਲਈ ਇਸ ਦੌਰ ਦੇ ਜਦੀਦ ਚੈਲੰਜਾਂ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਹਨਾਂ ਨਾਲ ਨਿਬੜਨ ਦੇ ਜਦੀਦ ਤਰੀਕਿਆਂ ਨੂੰ ਸਿੱਖਣਾ ਚਾਹੀਦਾ ਹੈ ਉਨ੍ਹਾਂ ਪੀਏਐਫ ਦੀਆਂ ਪੇਸ਼ੇਵਰانہ ਸਲਾਯਤਾਂ ਤੇ ਕਾਮਯਾਬੀਆਂ ਦੀ ਤਾਰੀਫ਼ ਕੀਤੀ ਇਸ ਤੋਂ ਪਹਿਲਾਂ ਆਰਮੀ ਚੀਫ ਨੇ ਸੈਂਟਰਲ ਆਰਡੀਨੈਂਸ ਜੱਪੂ ਕਰਾਚੀ ਦਾ ਵੀ ਦੌਰਾ ਕੀਤਾ ਉਹਨਾਂ ਨੂੰ ਜੱਪੂ ਦੇ ਸਦੀ ਪੁਰਾਣੇ ਟਾਂਚੇ ਨੂੰ ਜਦੀਦ ਬਣਾਉਣ ਦੇ ਕੰਮਾਂ ਬਾਰੇ ਦੱਸਿਆ ਗਿਆ ਇਲੈਕਸ਼ਨ ਕਮਿਸ਼ਨ ਨੇ ਸੈਨਟ ਦੇ ਇੰਤਖਾਬਾਂ ਲਈ ਉਮੀਦਵਾਰਾਂ ਦੇ ਕਾਗਜ਼ਾਂ ਦੀ ਛਾਂਣ ਫਟਕਦਾ ਕੰਮ ਅੱਜ ਵੀ ਜਾਰੀ ਰੱਖੇਗਾ ਇਲੈਕਸ਼ਨ ਕਮਿਸ਼ਨ ਲਈ ਇਲੈਕਸ਼ਨ ਲਈ ਕੋਈ 170 ਉਮੀਦਵਾਰਾਂ ਨੇ ਆਪਣੇ ਕਾਗਜ਼ ਜਮ੍ਹਾਂ ਕਰਾਏ ਨਹੀਂ ਉਮੀਦਵਾਰ ਕਾਗਜ਼ ਮਨਜ਼ੂਰ ਜਾਂ مسترد ਹੋਣ ਦੇ ਖਿਲਾਫ ਆਪਣੀਲਾ ਹਫ਼ਤੇ ਨੂੰ ਜਮ੍ਹਾਂ ਕਰਾ ਸਕਦੇ ਨੇ ਤੇ ਇਹ ਆਪਣੀਲਾ 3 ਫਰਵਰੀ ਤੱਕ ਨਿਮਟਾਈਆਂ ਜਾਣ ਕਿਆ ਉਮੀਦਵਾਰਾਂ ਦੀ ਫੈਰਿਸਤ 24 ਫਰਵਰੀ ਨੂੰ ਜਾਰੀ ਕੀਤੀ ਜਾਏਗੀ ਜਦਕਿ ਉਮੀਦਵਾਰ ਆਪਣਾ ਨਾਮ ਪੰਜੀ ਫਰਵਰੀ ਤੱਕ ਵਾਪਸ ਲੈ ਸਕਦੇ ਨੇ ਸੈਨੇਟ ਦੀਆਂ 48 ਸੀਟਾਂ ਉਤੇ ਵੋਟ 3 ਮਾਰਚ ਨੂੰ ਪਾਰਲੀਮੈਂਟ ਤੇ ਚਵਾਂ ਸੂਬਾਈ ਅਸੈਂਬਲੀਆਂ 'ਚ ਹੋਣਗੇ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ

वजीर आला ने कहा कि वजीर आजम इमरान खान की क्यादतई मुल्क की मकबूल जमात बन गई है। उधर वजीर वजीरला ने एक खानदान तीन बच्चों उ तेजाब सुटने वाकई उ फैसलाबाद के आरपीओ रिपोर्ट मांग ली है। ए वजीरला ने पुलिस न छेती मुलजिम फड़न का हकम दता है उन्होंने जख्मी बच्चों का चंगाई इलाज कर हिदायत भी की ਭਾਰਤ ਤੋਂ ਕੋਈ 1000 ਤੋਂ ਵੱਧ ਸਿੱਖ ਯਾਤਰੀ ਅਜਵਾਗਾ ਦੇ ਰਸਤੇ ਲਾਹੌਰ ਪਹੁੰਚ ਰਹੇ ਨੇ ਮਤਰੂਕਾ ਵਕਫ 임ਲਾਕ ਬੋਰਡ ਦੇ ਅਫਸਰ ਤੇ ਸਿੱਖ ਲੀਡਰ ਉਹਨਾਂ ਨੂੰ ਜੀਆਂਿਆਂ ਨੂੰ ਆਖਣਗੇ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਸਿੱਖ ਯਾਤਰੀਆਂ ਨੂੰ ਨਨਕਾਣਾ ਸਾਹਿਬ ਵਿੱਚ ਸਾਰੀਆਂ ਸਹੂਲਤਾਂ ਦੇਣ ਦੇ ਇੰਤਜ਼ਾਮ ਕਰ ਲਏ ਗਏ ਨੇ ਗੁਰਦੁਆਰਿਆਂ ਨੂੰ ਸਜਾਇਆ ਗਿਆ ਹੈ ਤੇ ਸਿਕਿਉਰਿਟੀ ਦੇ ਵੀ ਬੜੇ ਪੱਕੇ ਇੰਤਜ਼ਾਮ ਕੀਤੇ ਗਏ ਨੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਹੈ ਕਿ ਹਕੂਮਤ 5 ਸਾਲ ਦੀ ਆਪਣੀ ਆਇਨੀ ਮੁੱਦਤ ਪੂਰੀ ਕਰੇਗੀ ਲੌਰੀ ਸਹਾਇਕੀਆਂ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮਿਡਟਰਮ ਇਲੈਕਸ਼ਨ ਨਹੀਂ ਹੋਣਗੇ ਕਿਉਂ ਜੇ ਪੀਟੀਆਈ ਦੀ ਹਕੂਮਤ ਮਜ਼ਬੂਤ ਹੈ ਤੇ ਉਹ ਜੂਨ ਵਿੱਚ ਨਵੇਂ مالی ਸਾਲ ਦਾ ਬਜਟ ਵੀ ਪੇਸ਼ ਕਰੇਗੀ ਇੱਕ ਸਵਾਲ ਉਤੇ ਉਹਨਾਂ ਨੇ ਕਿਹਾ ਕਿ ਮੁਲਕ ਨੂੰ ਕਰਜ਼ਿਆਂ ਤੋਂ ਕਢੰਦਾ ਸੇਰਾ وزیراعظم ਇਮਰਾਨ ਖਾਨ ਦੇ ਸਿਰ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮੁਲਕ ਦੀ ਮੌਅਸੀ ਤਰੱਕੀ ਤੇ ਇਸਤਿਕਾਮ ਲਈ ਇਹਤਸਾਬ ਦਾ ਅਮਲ ਸ਼ਫਾਫ ਤਰੀਕੇ ਨਾਲ ਚੱਲੀ ਰਹਿਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਹਕੂਮਤ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਪੰਜਾਬ ਵਿੱਚ ਸਨਤਾਂ ਤੇ ਤਜਾਰਤ ਦੇ ਵਜ਼ੀਰ ਮੀਆਂ ਅਸलम ਇਕਬਾਲ ਨੇ ਕਿਹਾ ਹੈ ਕਿ ਸੂਬੇ ਵਿੱਚ ਹੁਨਰ ਸਿਖਾਨ ਦਾ ਮਨਸੂਬਾ ਅチェਤੀ ਸ਼ੁਰੂ ਕੀਤਾ ਜਾਇਗਾ ਜਿਥੇ ਨਾਨ ਹੁਨਰਮੰਦ ਅਫਰਾਦੀ ਕੁਵਤ ਮਿਲੇਗੀ। ਉਹ ਲਾਹੌਰ ਵਿੱਚ ਇੱਕ اجلاس ਦੀ ਸਦਾਰਤ ਕਰ ਰਹੇ ਸਨ। اجلاس ਵਿੱਚ ਫਨਨੀ ਤੇ ਪੇਸ਼ਾਵਰਾਨਾ ਤਰਬੀਅਤ ਦੀ ਅਥਾਰਟੀ ਦੀ ਕਾਰਗਰਦਗੀ ਜਾਂਚ ਚਾਇਆ ਗਿਆ। ਉਨ੍ਹਾਂ ਕਿਹਾ ਕਿ ਮਨਸੂਬੇ ਦੇ ਤਹਿਤ ਸੂਬੇ ਵਿੱਚ ਸਨਤੀ ਸ਼ੋਭੇ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੁਨਰਮੰਦ ਅਫਰਾਦੀ ਕੁਵਤ ਦੇ ਆਦਾਦੋ شمار ਜਮਾ ਰੱਖੇ ਜਾਣਗੇ। ਮੀਆਂ ਅਸਲਮ ਇਕਬਾਲ ਦਾ ਕਹਿਣਾ ਸੀ ਕਿ ਹੁਨਰਮੰਦ ਲੋਕਾਂ ਨੂੰ ਰੋਜ਼ਗਾਰ ਦੇਣ ਆਸਤੇ ਹਕੂਮਤ ਨੇ ਕਈ ਕਾਰਵਾਈਆਂ ਕੀਤੀਆਂ ਨੇ ਪੰਜਾਬ ਦੇ ਕਾਨੂੰਨ ਦੇ ਵਜ਼ੀਰ ਰਾਜਾ ਬਿਸ਼ਾਰਤ ਨੇ ਸਿੱਖ ਯਾਤਰੀਆਂ ਤੇ ਪੀਐਸਐਲ 6 ਦੇ ਮੈਚਾਂ ਵਿੱਚ ਮੌਸਰ ਸਿਕਿਉਰਿਟੀ ਇੰਤਜ਼ਾਮ ਕਰਨ ਦਾ ਹੁਕਮ ਦਿੱਤਾ ਹੈ ਉਹ ਲਾਹੌਰ ਵਿੱਚ ਅਮਨ ਅਮਾਨ ਦੇ ਹਵਾਲੇ ਨਾਲ ਇੱਕ ਇਜਲਾਸ ਦੀ ਸਦਾਰਤ ਕਰ ਰਹੇ ਸਨ ਸੁਬਾਈ ਵਜ਼ੀਰ ਨੇ ਕਿਹਾ ਕਿ ਸਿੱਖ ਯਾਤਰੀਆਂ ਦੀਆਂ ਸਾਰੀਆਂ ਮਜ਼ਹਬੀ ਥਾਵਾਂ ਉੱਤੇ ਪੱਕੇ ਇੰਤਜ਼ਾਮ ਕੀਤੇ ਗਏ ਨੇ ਤੇ ਉਹਨਾਂ ਕਿਹਾ ਕਿ ਕੋਰੋਨਾ ਦੀ ਵਜ੍ਹਾ ਤੋਂ ਗਰਾਊਂਡ 'ਚ ਲੋਕਾਂ ਦੀ ਤਾਦਾਦ ਦੇ ਕੋਈ 20 ਫੀਸਦ ਲੋਕਾਂ ਨੂੰ ਪੀਐਸਐਲ ਦੇ ਮੈਚ ਵੇਖਣ ਦੀ ਇਜਾਜ਼ਤ ਹੋਵੇਗੀ। ਉਹਨਾਂ ਜ਼ਿਲੇ ਇੰਤਜ਼ਾਮੀਆਂ ਨੂੰ ਇਹ ਸਵਾਲ ਇਹਨਾਂ ਨਾਲ ਵਿਫਾਕੀ ਤੇ ਸੂਬਾਈ ਮਹਿਕਮਿਆਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ ਹੈ। ਪੰਜਾਬ ਦੇ ਮਿਹਨਤ ਦੇ وزیر ਅਨਸਰ ਮਜੀਦ ਖਾਨ ਨੇ ਕਿਹਾ ਹੈ ਕਿ ਬਰਕਰਾਰ ਦੀ ਭਲਾਈ ਦੇ ਫੰਡ ਵਰਤਨ ਦਾ اختیار ਸੂਬੇ ਨੂੰ ਦੇਣਾ ਮੌਜੂਦਾ ਹਕੂਮਤ ਦਾ ਇੱਕ ਵੱਡਾ ਕਾਰਨਾਮਾ ਹੈ। ਉਹ ਇੱਕ ਆਨਲਾਈਨ ਇਜਲਾਸ ਤੇ ਸਦਾਰਤ ਕਰ ਰਹੇ ਸਨ ਉਹਨਾਂ ਕਿ ਆ ਕੀ ਹਕੂਮਤ ਆਪਣੇ ਵਰਕਰਾਂ ਤੇ ਉਹਨਾਂ ਦੇ ਖਾਨਦਾਨਾਂ ਦੀ ਭਲਾਈ ਲਈ ਮਿਸਾਲੇ ਕੰਮ ਕਰ ਰਹੀ ਹੈ ਐਸੇ ਲੇ ਤੱਕ ਦੀਆਂ ਖਬਰਾਂ ਖਤਮ ਹੋਈਆਂ ਹੋਰ ਖਬਰਾਂ ਤੇ ਤਕਸੀਰਾਂ ਲਈ ਸੜੀ ਵੈਬਸਾਈਟ ਹੈ radio.gov.pk ਤੇ ਐਸੇ ਵਿਨੇ ਦਾ ਬੁਲੇਟਿਨ radio pakistan ਦੇ ਫੇਸਬੁੱਕ ਪੇਜ radio pakistan punjabi ਉਤੇ ਬਰਾਹਿਰਾਸ ਵੇਖਿਆ ਤੇ ਸੁਨਿਆ ਜਾ ਸਕਦਾ ਹੈ